ਪ੍ਰੇਜ਼ ਦਾ ਲਾਰਡ ਸਾਰਿਆਂ ਨੂੰ ਜਮਸੀ ਕੀ ਜਮਸੀ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਸਬਰਿੰਦਰ ਨੂੰ ਮਿਸ ਕਰਦੇ ਹਾਂ ਕਿ ਕੰਮ ਦੀ ਵਜ੍ਹਾ ਦਾ ਕਰਕੇ ਉਹ ਅੱਜ ਇਸ ਜਗ੍ਹਾ ਤੇ ਨਹੀਂ ਹੈ ਪ੍ਰਭੂ ਨੂੰ ਆਸ਼ੀਸ ਤੇ ਬਰਕਤ ਦੇਵੇ ਜਿੱਥੇ ਵੀ ਹੈ ਪ੍ਰਭੂ ਦੇ ਨਾਮ ਨੂੰ ਜ਼ਲਾਲ ਦਿੰਦੇ ਹਾਂ ਔਰ ਸੁਣਨ ਵਾਲੇ ਭੈਣ ਭਰਾ ਜਿੰਨੇ ਵੀ ਹੈ ਉਹਨਾਂ ਨੂੰ ਵੀ ਪ੍ਰਭੂ ਢੇਰ ਸਾਰੇ ਆਸ਼ੀਸ ਤੇ ਬਰਕਤ ਦੇਵੇ ਆਈਏ ਵਰਸ਼ਿਪ ਚ ਚੱਲਦੇ ਹਾਂ ਵਰਸ਼ਿਪ ਦਾ ਗੀਤ ਹੈ ਪਾਕਰੂ ਯਹੋਵਾ ਦਾ ਪਾਕਰੂ ਮਸੀਹਾ ਦਾ ਵਸਦਾ ਹੈ ਸਾਡੇ ਅੰਦਰ ਤੇ ਮੌਜਾਂ ਲੱਗ ਗਈਆਂ ਸੱਚਮੁੱਚ ਜਦੋਂ ਪਰਮੇਸ਼ਰ ਦਾ ਆਤਮਾ ਇਨਸਾਨ ਦੀ ਜ਼ਿੰਦਗੀ ਵਿੱਚ ਆਉਂਦਾ ਆ ਤਾਂ ਇਨਸਾਨ ਦੀ ਜ਼ਿੰਦਗੀ ਜਿਹੜੀ ਬਦਲ ਜਾਂਦੀ ਆ ਈਸ਼ੂ ਮਸੀਹ ਦੇ ਨਾਮ ਨੂੰ ਜ਼ਲਾਲ ਦੇਣ ਵਾਲੀ ਬਣ ਜਾਂਦੀ ਆ ਕਿਉਂਕਿ ਉਹ ਕਹਿੰਦਾ ਆ ਕਿ ਤੁਹਾਡੇ ਜਿਹੜਾ ਤੁਹਾਡਾ ਜਿਹੜਾ ਹੈਕਲ ਆ ਦਿਲ ਆ ਉਹ ਮੇਰੀ ਹੈਕਲ ਆ ਉਹ ਸਾਡੀਆਂ ਜ਼ਿੰਦਗੀਆਂ ਵਿੱਚ ਆਉਣਾ ਚਾਹੁੰਦਾ ਆ ਉਹ ਸਾਨੂੰ ਆਪਣੇ ਮਸਾਂ ਦੇ ਨਾਲ ਭਰਨਾ ਚਾਹੁੰਦਾ ਆ ਤਾਂ ਕਿ ਉਹ ਸਾਡੀ ਜ਼ਿੰਦਗੀ ਵਿੱਚ ਆ ਜਾਵੇ ਪਰ ਜਦੋਂ ਸਾਡੀ ਜ਼ਿੰਦਗੀ ਵਿੱਚ ਆ ਜਾਂਦਾ ਆ ਤਾਂ ਇਨਸਾਨ ਦੀਆਂ ਮੌਜਾਂ ਲੱਗ ਜਾਂਦੀਆਂ ਪਰਮੇਸ਼ਰ ਕੀ ਕਹਿੰਦਾ ਆ ਨਾ ਤੁਹਾਡੀਆਂ ਅੱਖੀਆਂ ਨੇ ਬਰਕਤਾਂ ਦੇਖੀਆਂ ਨਾ ਤੁਹਾਡੇ ਕੰਨਾਂ ਨੇ ਸੁਣੀਆਂ ਔਰ ਨਾ ਇਨਸਾਨ ਦੇ ਖਿਆਲ ਚ ਆਈਆਂ ਪਰਮੇਸ਼ਰ ਅਜਿਹਾ ਕਰਨ ਵਾਲਾ ਸਾਡਾ ਪਰਮੇਸ਼ਰ ਆ ਈਸ਼ੂ ਮਸੀਹ ਕੀ ਕਹਿੰਦਾ ਜਦੋਂ ਤੁਸੀਂ ਮੇਰੇ ਰਾਹਾਂ ਤੇ ਚੱਲੋਗੇ ਮੇਰੇ ਰਾਜ ਦੀ ਖੋਜ ਕਰੋਗੇ ਤਾਂ ਇਹ ਜਿਹੜੀਆਂ ਦੁਨੀਆਦਾਰੀ ਦੀਆਂ ਚੀਜ਼ਾਂ ਤੁਹਾਡੇ ਮਗਰ ਪਿੱਛੇ ਪਿੱਛੇ ਪੈ ਕੇ ਆਉਣਗੀਆਂ ਪਰ ਕੀ ਪਹਿਲਾਂ ਮੇਰੇ ਰਾਜ ਦੀ ਖੋਜ ਕਰੋ ਜਦੋਂ ਸਾਡੇ ਅੰਦਰ ਪਰਮੇਸ਼ਰ ਦਾ ਰੂਹ ਵਸੇਗਾ ਤਾਂ ਪਰਮੇਸ਼ਰ ਕਹਿੰਦਾ ਆ ਮੈਂ ਤੁਹਾਡੀਆਂ ਮੌਜਾਂ ਲਗਾ ਦੂੰਗਾ ਹਰ ਇੱਕ ਚੀਜ਼ ਦੀਆਂ ਮੌਜਾਂ ਲਵਾ ਦੂੰਗਾ ਹਾਲੇਲੂਯਾ ਆਈਏ ਵਰਸ਼ਿਪ ਚੱਲਦੇ ਹਾਂ ਪਾਕਰੂ ਯਹੋਵਾ ਦਾ